ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸੋਨੇ ਦੀਆਂ ਮੋਹਰਾਂ ਆਪਣੇ ਪਾਸ ਨਹੀਂ ਰੱਖਣੀਆਂ, ਰੱਖਣ ਦੀ ਆਗਿਆ ਨਹੀਂ ਦਿੱਤੀ ਹੈ। ਔਰ ਜੌਹਰੀ ਵੀ ਨਹੀਂ ਲੈਂਦਾ, ਉਹ ਕਹਿੰਦਾ ਇਹ ਭੇਟਾ ਭੇਟਾ ਦਿੱਤੀ ਹੋਈ, ਦਾਨ ਦਿੱਤਾ ਹੋਇਆ ਵਾਪਸ ਲੈਣਾ ਇਹ ਸਭ ਤੋਂ ਵੱਡਾ ਦੋਸ਼ ਪਾਪ ਹੈ ਨਾ। ਜਿਹੜੀ ਵਸਤੂ ਤੁਸੀਂ ਦਾਨ ਕਰ ਦਿੱਤੀ ਨਾ, ਜੇ ਤੁਸੀਂ ਉਹ ਵਾਪਸ ਲੈਂਦੇ ਹੋ ਨਾ, ਤਾਂ ਸ਼ਾਸਤਰਾਂ ਵਿੱਚ ਆਉਂਦਾ ਹੈ ਕਿ ਉਹ ਮਨੁੱਖ ਇਸ ਧਰਤੀ 'ਤੇ ਨੀਚ ਦਰਜੇ ਨੂੰ ਪ੍ਰਾਪਤ ਹੁੰਦਾ ਹੈ। ਦਾਨ ਦੇ ਕੇ ਕਦੇ ਵਾਪਸ ਨਹੀਂ ਲੈਣਾ। ਤੋ ਮਹਾਰਾਜ ਕਹਿੰਦੇ, ਭਾਈ ਸਾਲਸ ਰਾਏ ਜੌਹਰੀ ਕਹਿੰਦਾ ਕਿ ਮੈਂ ਤਾਂ ਇਹ ਭੇਟਾ ਕਰ ਚੁੱਕਾ, ਜਿਹੜੀ ਵਸਤੂ ਭੇਟਾ ਕੀਤੀ ਉਹ ਮੈਂ ਵਾਪਸ ਕਿਵੇਂ ਲਵਾਂਗਾ। ਇਸ ਕਰਕੇ ਸਾਲਸ ਰਾਏ ਜੌਹਰੀ ਉਹ ਮਾਇਆ ਸੋਨੇ ਦੀਆਂ ਮੋਹਰਾਂ ਵਾਪਸ ਨਹੀਂ ਲੈਂਦਾ ਹੈ। ਕਿਉਂ? ਸੱਤ ਵੇਰੀ ਭਾਈ ਮਰਦਾਨੇ ਦੇ ਗੇੜੇ ਲੱਗੇ ਆ, ਸੱਤ ਵੇਰੀ ਗਏ ਆਏ, ਕਿਉਂ ਸੱਤ ਵੇਰੀ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਮੋੜ ਦਿੰਦੇ ਆ। ਉਹ ਜਦੋਂ ਲੈ ਕੇ ਜਾਂਦਾ ਫਿਰ ਜੌਹਰੀ ਵੀ ਵਾਪਸ ਮੋੜ ਦਿੰਦਾ। ਇਸ ਕਰਕੇ ਸੱਤ ਫੇਰੇ ਸੱਤ ਗੇੜੇ ਭਾਈ ਮਰਦਾਨੇ ਦੇ ਲੱਗੇ ਹਨ ਵਾਰੀ ਵਾਰੀ। ਭਾਈ ਮਰਦਾਨਾ ਫਿਰ ਥਕਾਵਟ ਦੇ ਨਾਲ, ਕਿਉਂਕਿ ਇੱਕ ਭੁੱਖਾ ਕਈ ਦਿਨਾਂ ਦਾ, ਦੂਸਰਾ ਵਾਰ ਵਾਰ ਆਉਣਾ ਵਾਰ ਵਾਰ ਜਾਣਾ, ਬਹੁਤ ਜ਼ਿਆਦਾ ਵਿਆਕੁਲਤਾ ਨੂੰ ਪ੍ਰਾਪਤ ਕਰ ਗਏ। ਇੱਕ ਭੁੱਖੇ ਹੈ, ਦੂਜਾ ਜਾਣ ਆਉਣ ਦੀ ਬੜੀ ਭਾਰੀ ਥਕਾਵਟ ਦੇ ਕਾਰਨ ਤਕਲੀਫ ਬਹੁਤ ਜ਼ਿਆਦਾ ਭਾਈ ਮਰਦਾਨਾ ਜੀ ਨੂੰ ਹੋਈ। ਇਸ ਕਰਕੇ ਬਹੁਤ ਜ਼ਿਆਦਾ ਖਿੱਝ ਗਏ। ਔਰ ਉਹ ਜਿਹੜੀ ਧਨ ਦੀ ਥੈਲੀ ਸੀ ਨਾ, ਉਸ ਵਕਤ ਚਲਾ ਕੇ ਸਾਲਸ ਰਾਏ ਜੌਹਰੀ ਦੀ ਦੁਕਾਨ ਵਿੱਚ ਸਿੱਟ ਦਿੱਤੀ। ਕਹਿਣ ਲੱਗੇ ਮੈਂ ਨਹੀਂ ਲੈ ਕੇ ਜਾਣੀ, ਆਪਣਾ ਧਨ ਆਪਣੇ ਕੋਲੇ ਰੱਖ। ਉਦੋਂ ਜਿਹੜਾ ਸਾਲਸ ਰਾਏ ਸ਼ਾਹੂਕਾਰ ਜੌਹਰੀ ਸੀ, ਉਸ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ, ਇਹ ਐਸਾ ਅਦਭੁਤ ਇਹੋ ਜਿਹਾ ਬੇਸ਼ਕੀਮਤੀ ਅਮੋਲਕ ਜਿਹੜਾ ਲਾਲ ਹੈ, ਇਹ ਮੈਂ ਜ਼ਿੰਦਗੀ ਵਿੱਚ ਆਪਣੇ ਬਜ਼ੁਰਗਾਂ ਦੇ ਗ੍ਰੰਥਾਂ ਵਿੱਚੋਂ ਲਿਖਿਆ ਹੋਇਆ ਲਾਲਾਂ ਦੀਆਂ ਕਿਸਮਾਂ, ਹੀਰਿਆਂ ਦੀਆਂ ਕਿਸਮਾਂ ਪੜ੍ਹੀਆਂ ਸੁਣੀਆਂ ਸਨ, ਪਰ ਦੇਖਿਆ ਮੈਂ ਪਹਿਲੀ ਵਾਰ ਹੈ। ਐਸਾ ਹੀਰਾ ਭਾਵ ਐਸਾ ਲਾਲ ਜੀਵਨ ਵਿੱਚ ਮੈਂ ਪਹਿਲੀ ਵਾਰ ਵੇਖਿਆ ਹੈ। ਔਰ ਜਿਨ੍ਹਾਂ ਦੇ ਪਾਸ ਐਸਾ ਲਾਲ ਬੇਸ਼ਕੀਮਤੀ ਹੀਰਾ ਹੈ, ਔਰ ਐਸਾ ਬੇਸ਼ਕੀਮਤੀ ਹੀਰਾ ਜਿਹੜੇ ਇਹਦੇ ਮਾਲਕ ਹਨ, ਉਹ ਕਿਉਂ ਨਹੀਂ ਲੈ ਰਹੇ? ਕਿਉਂਕਿ ਇਸ ਲਾਲ ਦੇ ਹੋਣ ਨਾਲ ਧਨ ਰਾਸੂ, ਇਹ ਧਨ ਦੀ ਜਿਹੜੀ ਰਾਸ ਪੂੰਜੀ ਹੈ, ਮੈਂ ਤਾਂ ਉਹਨਾਂ ਕੋਲੋਂ ਲਾਲ ਵੀ ਨਹੀਂ ਲੈ ਰਿਹਾ, ਔਰ ਉਲਟਾ ਮੈਂ ਆਪਣੇ ਕੋਲੋਂ 125 ਸੋਨੇ ਦੀ ਮੋਹਰ ਭੇਟਾ ਕਰ ਰਿਹਾ ਹਾਂ, ਇਸ ਲਈ ਉਹ ਕਿਉਂ ਨਹੀਂ ਇਹ ਮੇਰੀ
ਬੇਨਤੀ ਨੂੰ ਪ੍ਰਵਾਨ ਕਰਦੇ ਕੋਈ ਕਾਰਨ ਹੈ? ਇਸ ਕਰਕੇ ਮਨਾ ਜਿਨ੍ਹਾਂ ਕੋਲੇ ਐਸਾ ਬੇਸ਼ਕੀਮਤੀ ਲਾਲ ਹੈ, ਫਿਰ ਉਹਨਾਂ ਦਾ ਕਿੱਡਾ ਵੱਡਾ ਤਿਆਗ ਹੈ ਕਿ ਮੈਂ ਤਾਂ ਆਪਣੇ ਵੱਲੋਂ ਉਹਨਾਂ ਦੀ ਵਸਤੂ ਵੀ ਨਹੀਂ ਰੱਖਦਾ, ਭਾਵ ਲਾਲ ਵੀ ਨਹੀਂ ਰੱਖਿਆ, ਔਰ ਲਾਲ ਵੀ ਮੋੜ ਦਿੱਤਾ, ਉਲਟਾ ਉਹਨਾਂ ਨੂੰ 125 ਸੋਨੇ ਦੀ ਮੋਹਰ ਵੀ ਦਿੱਤੀ ਹੈ, ਉਹ ਲੈ ਨਹੀਂ ਰਹੇ ਹਨ, ਕੋਈ ਕਾਰਨ ਜ਼ਰੂਰ ਹੈ। ਇਸ ਕਰਕੇ ਐਸੇ ਮਹਾਨ ਮਹਾਂਪੁਰਖਾਂ ਦੇ, ਐਸੀ ਮਹਾਨ ਆਤਮਾ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਇਹ ਮਨ ਵਿੱਚ ਉਸ ਦੇ ਭਾਵਨਾ ਬਣੀ ਐਸਾ ਸ਼ੁਭ ਲਾਲ ਉਹਨਾਂ ਕੋਲੇ ਹੈ, ਔਰ ਉਹਨਾਂ ਦੀ ਇੰਨੀ ਸ਼ੁਭ ਸ੍ਰੇਸ਼ਟ ਨਿਰਮਲ ਕਰਨੀ ਹੈ ਕਿ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਲੋਭ ਹਰ ਨੂੰ, ਭਾਵ ਲੋਭ ਨੂੰ ਤਿਆਗਿਆ ਹੋਇਆ, ਲਾਲਚ ਦਾ ਤਿਆਗ ਕੀਤਾ ਹੋਇਆ, ਲਾਲਚ ਨੂੰ ਛੱਡਿਆ ਹੋਇਆ ਹੈ, ਕਿੱਡੀ ਵੱਡੀ ਉਹਨਾਂ ਦੀ ਇਹ ਸ਼ੁਭ ਕਰਨੀ ਔਰ ਘਾਲਣਾ ਹੈ, ਕਮਾਈ ਹੈ। ਉਸ ਵਕਤ ਇਸ ਤਰ੍ਹਾਂ ਮਨ ਵਿੱਚ ਇੱਛਾ ਪੈਦਾ ਹੋਈ ਕਿ ਉਹਨਾਂ ਦੇ ਮਨਾਂ ਐਸੇ ਮਹਾਨ ਜੋ ਲੋਭ ਤੋਂ ਰਹਿਤ ਔਰ ਇੰਨੀ ਉੱਚੀ ਆਤਮਾ ਹਨ, ਧਰਮ ਦੇ ਪੱਥ ਤੇ ਚੱਲਣ ਔਰ ਚਲਾਉਣ ਵਾਲੇ, ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹੈ। ਇਹ ਕਹਿ ਕੇ ਆਪਣੇ ਘਰ ਵਿੱਚ ਬੜੇ ਪ੍ਰੇਮ ਨਾਲ ਮਿੱਠਾ ਭਾਵ ਮਠਿਆਈ ਤਿਆਰ ਕੀਤੀ, ਔਰ ਮਠਿਆਈ ਤਿਆਰ ਕਰਕੇ ਸਤਿਗੁਰਾਂ ਦੇ ਪਾਸ ਚੱਲਣ ਲਈ ਤਿਆਰ ਹੋਇਆ।